मेडिकल सेंटर ਦੇ YouTube ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਡਾਕਟਰ ਕੀਰਤ ਸਿਬਿਆ, ਕੰਸਲਟੈਂਟ ਚੈਸਟ ਸਪੈਸ਼ਲਿਸਟ ਸਿਬਿਆ ਮੈਡੀਕਲ ਸੈਂਟਰ। ਅੱਜ ਤੋਂ ਮੈਂ ਗੱਲ ਕਰਾਂਗੀ ਕੁਝ ਬਹੁਤ ਬੇਸਿਕ ਯੂਜ਼ ਹੋਣ ਵਾਲੀ ਚੀਜ਼, ਯਾਨੀ ਕਿ ਥਰਮਾਮੀਟਰ ਬਾਰੇ। ਥਰਮਾਮੀਟਰ ਹਰ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤੇ ਦੋ ਤਰ੍ਹਾਂ ਦੇ ਥਰਮਾਮੀਟਰ ਅੱਜ ਕੱਲ ਯੂਜ਼ ਹੁੰਦੇ ਹਨ। ਇੱਕ ਤਾਂ ਹੈ ਮਰਕਰੀ ਥਰਮਾਮੀਟਰ, ਜੋ ਕਿ ਪਿਛਲੇ ਜ਼ਮਾਨੇ 'ਚ ਯੂਜ਼ ਕੀਤਾ ਜਾਂਦਾ ਸੀ। ਇਸ ਨੂੰ ਯੂਜ਼ ਕਰਨਾ ਅੱਜ ਕੱਲ੍ਹ ਅਸੀਂ ਰੈਕਮੈਂਡ ਨਹੀਂ ਕਰਦੇ ਹਾਂ, ਕਿਉਂਕਿ ਗਲਤੀ ਨਾਲ ਜੇ ਕੋਈ ਚਬਾ ਲਏ ਜਾਂ ਟੁੱਟ ਜਾਏ ਮੂੰਹ 'ਚ ਹੁੰਦੇ ਹੋਏ, ਤਾਂ ਇਹਦੇ 'ਚ ਮਰਕਰੀ ਹੈ ਜੋ ਕਿ ਅੰਦਰ ਨਿਕਲਿਆ ਜਾ ਸਕਦਾ ਹੈ ਅਤੇ ਉਹ ਜਾਨਲੇਵਾ ਹੋ ਸਕਦਾ ਹੈ। ਅੱਜ ਕੱਲ੍ਹ ਯੂਜ਼ ਕੀਤੇ ਜਾਣ ਵਾਲੇ ਥਰਮਾਮੀਟਰਸ ਨੇ ਡਿਜੀਟਲ ਥਰਮਾਮੀਟਰਸ, ਅਤੇ ਅੱਜ ਅਸੀਂ ਗੱਲ ਕਰਾਂਗੇ ਕਿ ਡਿਜੀਟਲ ਥਰਮਾਮੀਟਰ ਯੂਜ਼ ਕਰਨ ਦਾ ਸਹੀ ਤਰੀਕਾ ਕੀ ਹੈ। ਡਿਜੀਟਲ ਥਰਮਾਮੀਟਰ ਨੂੰ ਔਨ ਕਰਨਾ ਹੈ ਸਭ ਤੋਂ ਪਹਿਲਾਂ, ਔਰ ਇਹਨੂੰ ਔਨ ਕਰਦੇ ਹੀ ਮੂੰਹ ਵਿੱਚ ਜਾਂ ਬਾਂਹ ਵਿੱਚ ਨਹੀਂ ਲਗਾਉਣਾ। ਇਸ ਦੇ ਉੱਤੇ ਰੀਡਿੰਗ ਦੇਖਣੀ, ਔਰ ਜਦੋਂ ਐਲ ਓ ਲੋ ਵਾਲੀ ਰੀਡਿੰਗ ਆ ਜਾਏਗੀ ਉਸ ਦੇ ਬਾਅਦ ਇਸਨੂੰ ਮੂੰਹ ਵਿੱਚ ਜਾਂ ਬਾਂਹ ਵਿੱਚ ਰੱਖਣਾ ਹੈ। ਅਕਸਰ ਇਸਨੂੰ ਟੈਂਪਰੇਚਰ ਨੂੰ ਨੋਟ ਕਰਨ ਵਿੱਚ 1 ਮਿੰਟ ਲੱਗਦਾ ਹੈ, ਪਰ ਜਿਹੜੇ ਡਿਜੀਟਲ ਥਰਮਾਮੀਟਰਸ ਹੈ ਇਹਦੇ ਵਿੱਚ ਤੁਸੀਂ ਟਾਈਮ ਨਹੀਂ ਦੇਖਣਾ, ਇਹਦੇ ਤੁਸੀਂ ਇਹਦੀ ਆਵਾਜ਼ ਸੁਣਨੀ ਹੈ। ਇਹ ਆਪੇ ਟੈਂਪਰੇਚਰ ਦੀ ਪੂਰੀ ਰੀਡਿੰਗ ਲੈਣ ਦੇ ਬਾਅਦ ਬੀਪ ਦੀ ਆਵਾਜ਼ ਕਰਨਾ ਸ਼ੁਰੂ ਕਰ ਦੇਗਾ, ਔਰ ਜਦੋਂ ਥਰਮਾਮੀਟਰ ਬੀਪ ਕਰੇ ਉਦੋਂ ਇਸਨੂੰ ਮੂੰਹ 'ਚੋਂ ਜਾਂ ਬਾਂਹ 'ਚੋਂ ਕੱਢ ਕੇ ਟੈਂਪਰੇਚਰ ਦੇਖਣਾ ਹੈ। ਅਗਰ ਕਿਸੇ ਨੂੰ ਕੋਵਿਡ ਹੋਇਆ ਹੈ ਤਾਂ ਉਸਨੂੰ ਦਿਨ ਦੇ ਵਿੱਚ 3 ਵਾਰ ਟੈਂਪਰੇਚਰ ਚੈੱਕ ਕਰਨਾ ਹੀ ਕਰਨਾ ਹੈ ਔਰ ਨੋਟ ਕਰਨਾ ਹੈ। ਜੇ ਤੁਸੀਂ ਟੈਂਪਰੇਚਰ ਮੂੰਹ ਵਿੱਚ ਦੇਖ ਰਹੇ ਹੋ ਤਾਂ ਜਿਹੜਾ ਟੈਂਪਰੇਚਰ ਦੀ ਰੀਡਿੰਗ ਤੁਸੀਂ ਇੱਥੇ ਦੇਖ ਰਹੇ ਹੋ, ਤੁਸੀਂ ਉਹੀ ਟੈਂਪਰੇਚਰ ਦੀ ਰੀਡਿੰਗ ਨੂੰ ਬਾਡੀ ਦਾ ਟੈਂਪਰੇਚਰ ਮੰਨੋਗੇ ਔਰ ਨੋਟ ਕਰੋਗੇ। ਪਰ ਜੇ ਤੁਸੀਂ ਥਰਮਾਮੀਟਰ ਨੂੰ ਕੱਛ ਵਿੱਚ ਲਗਾ ਰਹੇ ਹੋ, ਬਾਂਹ ਵਿੱਚ ਲਗਾ ਰਹੇ ਹੋ, ਤਾਂ ਤੁਸੀਂ ਜਿਹੜੀ ਰੀਡਿੰਗ ਇਸ 'ਤੇ ਆਏਗੀ ਥਰਮਾਮੀਟਰ 'ਤੇ ਉਹਦੇ ਵਿੱਚ 1 ਡਿਗਰੀ ਐਡ ਕਰਕੇ, ਜੇ ਇਹਦੇ 'ਤੇ 99 ਆ ਰਿਹਾ ਤਾਂ ਤੁਸੀਂ 1 ਐਡ ਕਰਕੇ ਯਾਨੀ ਕਿ 100 ਦਾ ਬੁਖਾਰ ਲਿਖੋਗੇ। ਮੂੰਹ ਵਾਲੀ ਰੀਡਿੰਗ ਨੂੰ ਉਵੇਂ ਹੀ ਲਿਖੋਗੇ ਅਤੇ ਬਾਂਹ ਵਾਲੀ ਰੀਡਿੰਗ 'ਚ 1 ਡਿਗਰੀ ਐਡ ਕਰਕੇ ਨੋਟ ਕਰੋਗੇ। ਆਪਣੇ ਟੈਂਪਰੇਚਰ ਦੀ ਚਾਰਟਿੰਗ ਦਿਨ 'ਚ 3 ਵਾਰ ਕਰਨੀ ਹੀ ਕਰਨੀ ਹੈ ਔਰ ਆਪਣੇ ਡਾਕਟਰ ਨੂੰ ਦੱਸਣੀ ਹੈ, ਤਾਂ ਕਿ ਉਹ ਤੁਹਾਡੇ ਬਿਮਾਰੀ ਬਾਰੇ ਔਰ ਇਲਾਜ ਬਾਰੇ ਸਹੀ ਡਿਸੀਜਨ ਲੈ ਸਕੇ। ਨੋਰਮਲ ਬੋਡੀ ਦਾ ਟੈਂਪਰੇਚਰ 98.4 ਡਿਗਰੀ ਹੁੰਦਾ ਹੈ। ਅਗਰ ਟੈਂਪਰੇਚਰ 99 ਤੱਕ ਵੀ ਆ ਰਿਹਾ, 99 ਤੱਕ ਵੀ ਆ ਰਿਹਾ, ਤਾਂ ਕੋਵਿਡ ਵਿੱਚ ਤੁਸੀਂ ਟੈਂਪਰੇਚਰ ਦੇਖ ਕੇ 99 ਟੈਂਪਰੇਚਰ ਨੋਟ ਕਰਕੇ ਪੈਰਾਸੀਟਾਮੋਲ ਖਾ ਲਓ ਔਰ ਆਪਣੇ ਡਾਕਟਰ ਨੂੰ ਇਨਫੋਰਮ ਕਰਦੇ ਰਹੋ ਕਿ ਤੁਹਾਨੂੰ ਕਿੰਨਾ ਬੁਖਾਰ ਆ ਰਿਹਾ। ਧੰਨਵਾਦ। Like, comment, subscribe and ring bell for notification of latest updates.